ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਬ੍ਰੇਕ ਤੋਂ ਬਾਅਦ ਆਪ ਜੀ ਨਾਲ ਫਿਰ ਰੂਬਰੂ ਹੋਣ ਜਾ ਰਿਹਾ। ਜਿਹੜਾ ਆਪਣਾ ਅੱਠਵਾਂ ਪੁਆਇੰਟ ਆ, ਜਿਹੜਾ ਅਖੀਰਲਾ ਬੱਚਿਆਂ ਦੇ ਇਸ ਵਿਸ਼ੇ ਬਾਰੇ, ਆਪ ਜੀ ਸਾਨੂੰ ਸੰਤਾਂ ਨੂੰ ਇਹਦੇ ਬਾਰੇ ਚਾਨਣਾ। ਹਾਂਜੀ, ਬੱਚੇ ਦੇ ਜੀਵਨ ਦੇ ਪੱਖ ਦਾ ਅੱਠਵਾਂ ਜਿਹੜਾ ਪੱਖ ਹੈਗਾ ਉਹ ਹੈਗਾ ਆਤਮਿਕ ਪੱਖ। ਆਤਮਿਕ ਪੱਖ ਸਾਡੇ ਲਈ ਸਭ ਤੋਂ ਜ਼ਰੂਰੀ ਹੈ, ਕਿਉਂਕਿ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ। ਵੈਸੇ ਤੇ ਆਤਮਿਕ ਪੱਖ ਵਿੱਚ ਸਿੱਖ ਰਹਿਤ ਮਰਿਆਦਾ ਦੇ ਵਿੱਚ ਕੁਛ ਚੀਜ਼ਾਂ ਲਿਖੀਆਂ ਹੋਈਆਂ ਨੇ, ਜਨਮ ਤੇ ਨਾਮ ਸੰਸਕਾਰ, ਜਿਹਦੇ ਵਿੱਚ ਲਿਖਿਆ ਹੁੰਦਾ ਵੀ ਸਿੱਖ ਦੇ ਘਰ ਜਦੋਂ ਬਾਲਕ ਜਨਮ ਲਵੇ, ਮਾਂ ਇਸ਼ਨਾਨ ਕਰਨ ਦੇ ਯੋਗ ਹੋ ਜਾਏ, ਉੱਠਣ ਬੈਠਣ ਦੇ ਯੋਗ ਹੋ ਜਾਏ, ਉਦੋਂ ਗੁਰਦੁਆਰੇ ਸਾਹਿਬ ਜਾ ਕੇ ਗੁਰਬਾਣੀ ਕੀਰਤਨ ਸ਼ਬਦ ਪੜ੍ਹੇ ਜਾਣ ਤੇ ਕੜਾਹ ਪ੍ਰਸ਼ਾਦੀ ਦੇਖ ਲੈ ਕੇ ਜਾਈ ਜਾਵੇ। ਉਸ ਤੋਂ ਬਾਅਦ ਜਿਹੜਾ ਹੁਕਮਨਾਮਾ ਆਉਣਾ ਹੈ, ਹੁਕਮਨਾਮੇ ਦੇ ਪਹਿਲੇ ਅੱਖਰ ਦੇ ਨਾਲ ਬੱਚੇ ਦਾ ਨਾਮ ਰੱਖਿਆ ਜਾਏ ਤੇ ਗ੍ਰੰਥੀ ਸਿੰਘ ਨਾਮ ਤਜਵੀਜ਼ ਕਰੇ। ਨਾਮ ਤੋਂ ਪਿੱਛੋਂ ਜੇ ਲੜਕਾ ਹੈਗਾ ਤੇ ਸਿੰਘ, ਜੇ ਲੜਕੀ ਹੈਗੀ ਤੇ ਕੌਰ ਲਗਾਇਆ ਜਾਏ। ਉੱਥੇ ਕਿਤੇ ਵੀ ਨਹੀਂ ਵੀ ਜਾਤ ਬਰਾਦਰੀ ਨਾਲ ਲਗਾਈ ਜਾਏ। ਹੁਣ ਦੇਖੋ, ਤਿੰਨ ਚੀਜ਼ਾਂ ਨੇ, ਨਾਮ ਸਾਨੂੰ ਗੁਰੂ ਵੱਲ ਮਿਲ ਗਿਆ ਸਾਰਾ ਹੀ, ਇੱਕ ਤੇ ਪਹਿਲਾ ਅੱਖਰ ਮਿਲ ਗਿਆ, ਦੂਸਰਾ ਸਿੰਘ ਤੇ ਕੌਰ ਉਪਾਧੀ ਮਿਲ ਗਈ। ਜਿਹੜਾ ਵਿਚਕਾਰ ਨਾਮ ਹੈ ਉਹ ਵੀ ਸਿੱਖ ਨੇ ਆਪ ਨਹੀਂ ਰੱਖਣਾ। ਉੱਥੇ ਲਿਖਿਆ ਗ੍ਰੰਥੀ ਸਿੰਘ ਤਜਵੀਜ਼ ਕਰੇ। ਬੱਚਾ ਸਾਡਾ ਭਲਾ ਗ੍ਰੰਥੀ ਸਿੰਘ ਕਿਉਂ ਤਜਵੀਜ਼ ਕਰੇ? ਉਹ ਇਸ ਕਰਕੇ ਕਿ ਨਾਵਾਂ ਦਾ ਪ੍ਰਭਾਵ ਬੜਾ ਪੈਂਦਾ ਹੈ ਸਾਡੇ ਮਨਾਂ ਤੇ। ਦੇਖੋ, ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਮੁਗਲ ਹਮਲਾਵਰ ਜਾਂ ਵਿਦੇਸ਼ੀ ਹਮਲਾਵਰ ਆਉਂਦੇ ਹੁੰਦੇ ਸੀ, ਉਹਨਾਂ ਦੇ ਨਾਮ ਇੰਨੇ ਨੇ ਵੱਡੇ ਕਿ 10-10 ਪਰੌਂਠੇ ਖਾ ਕੇ ਲੈਣੇ ਪੈਂਦੇ ਨੇ। ਸ਼ੇਰ ਮੁਹੰਮਦ ਖਾਨ, ਖਿਜਰ ਖਾਨ, ਜ਼ਬਰਦਸਤ ਖਾਨ, ਤੇ ਉਹਨਾਂ ਸਾਹਮਣੇ ਲੜਨ ਵਾਲੇ ਜਿਹੜੇ ਨੇ ਉਹ ਹੈਗੇ ਨੇ ਕੰਛੇਦੀ ਮੱਲ, ਨੱਥੂ ਮੱਲ, ਕੰਛੇਦੀ ਲਾਲ, ਇੱਦਾਂ ਦੇ ਰੂੜਾ ਮੱਲ ਤੇ ਫਲਾਣਾ ਮੱਲ। ਹੁਣ ਨਾਵਾਂ ਦੀ ਮਾਨਸਿਕਤਾ ਹੀ ਇੰਨੀ ਕਮਜ਼ੋਰ ਹੈ, ਉਹਨੇ ਸ਼ੇਰ ਜ਼ਬਰਦਸਤ ਮੁਹੰਮਦ ਖਾਨ ਦੇ ਨਾਲ ਕੀ ਲੜਨਾ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਨਾਮ ਚੇਂਜ ਕੀਤੇ, ਜਿੱਥੇ ਕੰਛੇਦੀ ਲਾਲ, ਨੱਥੂ ਮੱਲ, ਰੂੜਾ ਮੱਲ ਸੀ ਉਹਦੀ ਥਾਂ ਤੇ ਲੈ ਕੇ ਆਉਂਦੇ ਸ਼ੇਰ ਸਿੰਘ, ਬਘੇਲ ਸਿੰਘ, ਧਰਤੀ ਤਕੀਲ ਸਿੰਘ, ਬੋਤਾ ਸਿੰਘ, ਗਰਜਾ ਸਿੰਘ, ਇਹ ਲੈ ਕੇ ਆਉਂਦੇ ਨਾਮ ਨਾਲ ਸਿੰਘ ਸਿੰਘ ਸ਼ੇਰ। ਕੌਰ ਮੈਨੇ ਰਾਜਕੁਮਾਰੀ ਕੰਵਰ। ਹੁਣ ਨਾਮ ਤਬਦੀਲ ਕੀਤੇ, ਔਰ ਸੱਚਮੁੱਚ ਨਾਵਾਂ ਦਾ ਬੜਾ ਅਸਰ ਹੈ ਮਨ ਦੇ ਉੱਪਰ। ਕਿਤੇ ਇਹੋ ਜਿਹਾ ਨਾਮ ਪਰਿਵਾਰ ਨਾਲ ਰੱਖ ਬੈਠੇ ਕਿ ਜਿਹੜਾ ਗੁਰਮਤ ਤੋਂ, ਧਰਮ ਤੋਂ, ਸਿਧਾਂਤ ਤੋਂ ਉਲਟ ਹੋਵੇ। ਗ੍ਰੰਥੀ ਸਿੰਘ ਕਿਉਂਕਿ ਗਿਆਨਵਾਨ ਹੈ, ਉਹਨੂੰ ਪਤਾ ਹੈ ਕਿਹੜਾ ਨਾਮ ਸਹੀ ਹੈ। ਜਿਸ ਨਾਮ ਵਿੱਚੋਂ ਗੁਰੂ ਦਾ ਪਿਆਰ ਚੱਲ ਕੇ, ਰੱਬ ਦਾ ਪਿਆਰ ਚੱਲ ਕੇ, ਸਿੱਖੀ ਦਾ ਪਿਆਰ ਚੱਲ ਕੇ, ਗੁਣਾਂ ਦੀ ਝਲਕ ਪਵੇ, ਤਾਂ ਕਿ ਬੱਚਾ ਆਪਣੇ ਨਾਮ ਦੀ ਮਾਨਸਿਕਤਾ ਦੇ ਵਿੱਚ ਨਾਮ ਦਾ ਪ੍ਰਭਾਵ ਲੈ ਸਕੇ। ਉਹ ਪੁੱਛੇ, ਮੇਰਾ ਇਹ ਨਾਮ ਹੈ ਤੇ ਮੈਂ ਇਹਦੇ ਵਰਗਾ ਹੋਣਾ। ਇਸ ਕਰਕੇ ਗ੍ਰੰਥੀ ਸਿੰਘ ਨਾਮ ਤਜਵੀਜ਼ ਕਰੇ। ਦੇਖੋ, ਇਹਨਾਂ ਦੇਸ਼ਾਂ ਵਿੱਚ, ਖਾਸ ਕਰ ਯੂਰਪ, ਜਰਮਨੀ ਵਰਗੇ ਦੇਸ਼ਾਂ ਦੇ ਵਿੱਚ, ਵਰਲਡ ਵਾਰ ਦੇ ਟਾਈਮ ਤੇ ਸਾਡੇ ਸਿੱਖ ਵੀਰਾਂ ਨੇ ਸ਼ਹਾਦਤਾਂ ਦਿੱਤੀਆਂ, ਸਾਡੇ ਬਜ਼ੁਰਗਾਂ ਨੇ, ਔਰ ਗੋਰਿਆਂ ਨੂੰ ਪਤਾ ਨਹੀਂ ਸੀ ਵੀ ਸੰਸਕਾਰ ਕਰਦੇ ਨੇ। ਉਹਨਾਂ ਨੇ ਆਪਣੀ ਰੀਤੀ ਮੁਤਾਬਕ ਕਬਰਾਂ ਬਣਾਈਆਂ। ਉਹਨਾਂ ਉੱਪਰ ਲਿਖਿਆ ਹੈ ਉਜਾਗਰ ਸਿੰਘ, ਸੁਰਜੀਤ ਸਿੰਘ, ਗਿਆਨ ਸਿੰਘ, ਸਰਦੂਲ ਸਿੰਘ। ਜੇ ਉਹਨਾਂ ਨੇ ਇਹਨਾਂ ਦੇਸ਼ਾਂ ਚ ਆਕ ਆਪਣੇ ਨਾਮ ਰੱਖ ਦਿੱਤੇ ਹੁੰਦੇ, ਗੈਰੀ, ਸ਼ੈਰੀ ਤੇ ਦੂਜੀ ਤੀਜੇ, ਫਿਰ ਪਤਾ ਹੀ ਨਹੀਂ ਸੀ ਲੱਗਣਾ ਵੀ ਇਸ ਦੇਸ਼ ਵਿੱਚ ਉਹਨਾਂ ਨੇ ਕੀ ਯੋਗਦਾਨ ਪਾਇਆ। ਅਸੀਂ ਅੱਜ ਹੁਣ ਬੜੇ ਮਾਣ ਨਾਲ ਇਹਨਾਂ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਖੂਨ ਡੋਲਿਆ ਤੁਹਾਡੇ ਵਾਸਤੇ। ਆਹ ਦੇਖੋ, ਸਿੰਘ ਉਜਾਗਰ ਸਿੰਘ, ਸਰਦੂਲ ਸਿੰਘ, ਸੁਰਜੀਤ ਸਿੰਘ, ਅਸੀਂ ਉਹਨਾਂ ਦੀ ਔਲਾਦ ਹਾਂ, ਉਹਨਾਂ ਦੀ ਔਲਾਦ ਆ। ਔਰ ਅੱਜ ਇਹ ਰਿਅਲਾਈਜ਼ ਕਰ ਰਹੇ ਨੇ ਕਿ ਸੱਚਮੁੱਚ ਇਹਨਾਂ ਦੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ। ਅੱਜ ਅਸੀਂ ਕੈਨੇਡਾ, ਅਮਰੀਕਾ, ਇੰਗਲੈਂਡ, ਇਹਨਾਂ ਧਰਤੀਆਂ ਤੇ ਗੈਰੀ ਸ਼ੈਰੀ ਆਦਿਕ ਬਣ ਜਾਈਏ, ਇਸ ਦੇਸ਼ 'ਚ ਯੋਗਦਾਨ ਪਾਵਾਂਗੇ ਤੇ ਕਹਿ ਨਹੀਂ ਸਕਾਂਗੇ ਸਿੱਖਾਂ ਨੇ ਯੋਗਦਾਨ ਪਾਇਆ। ਸਾਡੀ ਪਹਿਚਾਣ, ਅਸੀਂ ਆਪਣੀਆਂ ਕੁਝ ਮੰਗਾਂ ਨਹੀਂ ਮਨਵਾ ਸਕਾਂਗੇ। ਜਦੋਂ ਕਵਾਂਗੇ ਸਿੰਘ ਤੇ ਕੌਰ, ਇਹ ਸਾਡਾ ਏਡਾ ਵੱਡਾ ਪਰਿਵਾਰ ਕਿਉਂ ਨਹੀਂ ਹੋ ਸਕਦਾ, ਫਿਰ ਸਭ ਕੁਝ ਅਸੀਂ ਮਨਵਾ ਸਕਦੇ ਹੈਗੇ ਹਾਂ। ਅਸੀਂ ਆਪਣੀਆਂ ਜਿਹੜੀਆਂ ਲੋੜਾਂ ਤੇ ਸਾਡੀਆਂ ਜਿਹੜੀਆਂ ਕੁਝ ਸਮੱਸਿਆਵਾਂ ਨੇ ਉਹ ਹੱਲ ਹੋ ਸਕਦੀਆਂ ਨੇ। ਦਸਤਾਰ ਦਾ ਮਸਲਾ ਹੋ ਸਕਦਾ ਹੈ, ਕੇਸਾਂ ਦਾ ਮਸਲਾ ਹੋ ਸਕਦਾ ਹੈ, ਜਾਂ ਕਕਾਰਾਂ ਦਾ ਮਸਲਾ ਹੋ ਸਕਦਾ ਹੈ, ਅਸੀਂ ਮਨਾ ਸਕਦੇ ਹਾਂ। ਨਾਮ ਦਾ ਬਹੁਤ ਪ੍ਰਭਾਵ ਹੈਗਾ। ਇਸ ਕਰਕੇ ਮੈਨੂੰ ਯਾਦ ਹੈ ਗਿਆਨੀ ਸੰਤਾ ਸਿੰਘ ਆਜ਼ਿਜ਼ ਹੋਏ ਨੇ, ਬੜੇ ਸਿੱਖ ਪੰਥ ਦੇ ਵਿਦਵਾਨ, ਰਾਈਟਰ ਬੜੇ ਤਗੜੇ ਰਹੇ ਨੇ, ਬਹੁਤ ਸਾਰੀਆਂ ਕਿਤਾਬਾਂ ਨੇ। ਹਾਲਾਂਕਿ ਸਾਨੂੰ
ਪੜ੍ਹਨ ਦੀ ਰੁਚੀ ਨਹੀਂ ਪੰਜਾਬੀਆਂ ਨੂੰ ਇੰਨੀ ਜਿੰਨੀ ਹੋਣੀ ਚਾਹੀਦੀ ਹੈ। ਉਹਨਾਂ ਦਾ ਬੇਟਾ ਕੈਨੇਡਾ ਟੋਰਾਂਟੋ ਦੇ ਵਿੱਚ ਰਹਿੰਦਾ ਹੈ ਤੇ ਉਹਨੇ ਫੋਨ ਕੀਤਾ ਆਪਣੇ ਪਿਤਾ ਜੀ ਨੂੰ ਵੀ ਪਿਤਾ ਜੀ ਵੀ ਮੇਰੇ ਬੇਟਾ ਹੋਇਆ ਤੁਹਾਡੇ ਤੁਸੀਂ ਦਾਦਾ ਬਣ ਗਏ ਹੋ। ਉਹ ਬਹੁਤ ਖੁਸ਼ ਹੋਏ ਹੈ, ਦਾਦਾ ਬਣ ਗਿਆ, ਮੈਂ ਜਲਦੀ ਆ ਰਿਹਾ ਟੋਰਾਂਟੋ ਤੇ ਅਸੀਂ ਗੁਰਦੁਆਰੇ ਜਾ ਕੇ ਬੱਚੇ ਦਾ ਨਾਮ ਰੱਖਾਂਗੇ। ਉਹ ਕਹਿਣ ਲੱਗਾ ਜੀ ਪਿਤਾ ਜੀ ਨਾਂ ਤੇ ਅਸੀਂ ਰੱਖ ਹੀ ਲਿਆ। ਕਹਿਣ ਲੱਗੇ ਅੱਛਾ ਰੱਖ ਲਿਆ, ਕੀ ਰੱਖਿਆ ਨਾਮ? ਕਹਿਣ ਲੱਗਾ ਰੋਬਰਟ। ਹੁਣ ਪ੍ਰਿੰਸੀਪਲ ਸਾਹਿਬ ਇੰਨੇ ਵਿਦਵਾਨ, ਸਿੱਖ ਕੌਮ ਦੇ ਪ੍ਰਚਾਰਕ ਸੰਤਾ ਸਿੰਘ ਆਜ਼ਾਦ ਗਿਆਨੀ ਜੀ, ਕਹਿਣ ਲੱਗੇ ਇਹ ਕਿਹਨੇ ਸੁਝਾਇਆ ਨਾਮ? ਕਹਿਣ ਲੱਗਾ ਮੇਰਾ ਗੋਰਾ ਫਰੈਂਡ ਹੈ, ਉਹਨੇ ਰੱਖਿਆ। ਅੱਛਾ ਚਲੋ, ਉਹ ਗਏ ਕੈਨੇਡਾ ਚ। ਉੱਥੇ ਜਾ ਕੇ ਪਤਾ ਲੱਗਿਆ ਵੀ ਉਸ ਗੋਰੇ ਦੇ ਘਰ ਵੀ ਇੱਕ ਬੱਚੇ ਨੇ ਜਨਮ ਲਿਆ। ਗਿਆਨੀ ਸੰਤਾ ਸਿੰਘ ਕਹਿਣ ਲੱਗੇ ਵੀ ਚਲੋ ਆਪਾਂ ਜਾ ਕੇ ਵਧਾਈ ਦੇ ਆਈਏ ਉਹਨੂੰ, ਵੀ ਸਾਡਾ ਫਰਜ਼ ਬਣਦਾ। ਉਹਦੇ ਘਰੇ ਗਏ, ਗਿਆਨੀ ਜੀ ਨੇ ਉਹਦਾ ਬੱਚਾ ਆਪਣੀ ਗੋਦ ਚ ਚੁੱਕਿਆ, ਪਿਆਰ ਦਿੱਤਾ ਤੇ ਕਹਿਣ ਲੱਗੇ ਮੈਂ ਇਹਦਾ ਨਾਮ ਰੱਖਣ ਲੱਗਿਆ ਸਤਨਾਮ ਸਿੰਘ। ਗੋਰੇ ਨੇ ਸੁਣਿਆ ਕੁਦਮ ਪੜ ਗਿਆ, ਅੰਕਲ ਤੁਸੀਂ ਕੌਣ ਮੇਰੇ ਬੱਚੇ ਦਾ ਨਾਮ ਰੱਖਣ ਵਾਲੇ? ਸਾਡਾ ਕੁਝ ਧਰਮ ਹੈ, ਕੁਝ ਰੀਤ ਹੈ, ਕੋਈ ਮਰਿਆਦਾ ਹੈ, ਚਰਚ ਜਾਵਾਂਗੇ ਨਾਂ ਰੱਖਾਂਗੇ, ਤੁਸੀਂ ਕੌਣ ਹੋ? ਸਾਡੀ ਕੋਈ ਰੀਤੀ ਰਿਵਾਜ ਨਹੀਂ, ਮਰਿਆਦਾ ਹੈ। ਗਿਆਨੀ ਜੀ ਨੇ ਆਪਣੇ ਬੇਟੇ ਵੱਲ ਦੇਖਿਆ, ਉਹਨੇ ਸਿਰ ਚੁਕਾ ਲਿਆ, ਫਿਰ ਜਾ ਕੇ ਨਾਮ ਰੱਖਿਆ। ਨਾਵਾਂ ਦਾ ਸਾਡੇ ਜੀਵਨ ਤੇ ਬੜਾ ਪ੍ਰਭਾਵ ਪੈਂਦਾ ਹੈ, ਬਹੁਤ ਪ੍ਰਭਾਵ। ਦੂਸਰੀ ਗੱਲ ਫਿਰ ਨਾਵਾਂ ਤੋਂ ਬਾਅਦ ਸਿੰਘ ਤੇ ਕੌਰ। ਅੱਜ ਸਿੰਘ ਕੌਰ ਉੱਡਦੇ ਜਾ ਰਹੇ ਨੇ, ਉਹਦੀ ਥਾਂ ਤੇ ਜਾਤ ਗੋਤ ਆ ਰਹੀ ਹੈ। ਵਿਆਹ ਦਾ ਕਾਰਡ ਘਰੇ ਆਇਆ ਹੋਵੇ ਕਿਸੇ ਗੁਆਂਢੀ ਦਾ, ਪਤਾ ਨੀ ਲੱਗਦਾ ਵੀ ਮੁੰਡੇ ਦਾ ਵਿਆਹ ਰੱਖਿਆ ਨੇ ਕਿ ਕੁੜੀ ਦਾ ਵਿਆਹ ਰੱਖਿਆ, ਜਾਂ ਮਨਜੀਤ ਵੈਟਸ ਜਗਜੀਤ, ਪਤਾ ਨੀ ਹੁਣ ਮੁੰਡਾ ਕਿਹੜਾ ਨਾ ਚਿੱਤੇ ਕੁੜੀ ਕਿਹੜੀ ਹੈ। ਹਾਂ, ਗੋਤਾਂ ਜ਼ਰੂਰ ਲਿਖੀਆਂ ਹੁੰਦੀਆਂ ਨੇ ਜਿਹਦੇ ਬਾਰੇ ਗੁਰਬਾਣੀ ਨੇ ਕਿਹਾ ਸੀ, ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ, ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ, ਇਸ ਗਰਭ ਤੇ ਚੱਲਣਾ ਬਹੁਤ ਬੇਕਾਰ। ਇਹ ਗੱਲਾਂ ਕਹੀਆਂ ਸੀ, ਪਰ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਅਸੀਂ ਜਿਸ ਮਨੂ ਦੀ ਵਰਣ ਵੰਡ ਤੋਂ ਗੁਰੂ ਸਾਹਿਬ ਨੇ ਬਾਹਰ ਕੱਢਿਆ ਸੀ, ਅਸੀਂ ਫਿਰ ਵਿੱਚ ਫਸਦੇ ਜਾ ਰਹੇ ਹਾਂ, ਫਿਰ ਉਹਦੇ ਚ ਖੱਚਤ ਹੋ ਰਹੇ ਹਾਂ। ਇੱਥੋਂ ਤੱਕ ਅੰਮ੍ਰਿਤ ਛੱਕ ਕੇ ਕਹਿੰਦੇ ਕੌਂਦੇ ਗੁਰਸਿੱਖ, ਵੱਡੇ ਸਾਰੀ ਦਸਤਾਰ ਬੰਨੀ ਹੋਈ, ਲੰਮਾ ਪ੍ਰਕਾਸ਼ਮਾਨ ਦਾੜਾ, ਉੱਪਰੋਂ ਦੀ ਕਿਰਪਾਨ, ਦੇਖਣ ਨੂੰ ਪੂਰੇ ਜਥੇਦਾਰ। ਦੂਜੇ ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਪੁੱਛਦੇ ਹੁੰਦੇ ਨੇ ਜੀ ਤੁਸੀਂ ਕੌਣ ਹੁੰਦੇ ਹੋ? ਖਾਲਸਾ ਜੀ ਤੁਹਾਡੀ ਬਰਾਦਰੀ, ਸਿੰਘ ਸਾਹਿਬ ਤੁਸੀਂ ਕੌਣ ਹੁੰਦੇ ਹੋ? ਨਾਲੇ ਖਾਲਸਾ ਜੀ ਕਈ ਜਣਾ, ਨਾਲੇ ਉਹਦੇ ਦੀ ਜਾਤ ਪੁੱਛੀ ਜਾਣੀ। ਗਿਆਨੀ ਦਿੱਤ ਸਿੰਘ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕਾਵਿ ਰੂਪ ਚ ਕੀਤਾ। ਕੌਣ ਸਿੰਘ ਹੁੰਦੇ ਹੋ ਭਾਈ ਜੀ? ਮੈਂ ਅਰੋੜਾ, ਇਹ ਹੈ ਨਾਈ। ਅੱਗੋਂ ਜਵਾਬ ਮਿਲਦਾ ਹੈ, ਤੇਰਾ ਜਨਮ ਕਿਹਨਾਂ ਦੇ ਘਰ ਦਾ? ਮੈਂ ਜੀ ਮਹਿਰਾ ਪਾਣੀ ਭਰਦਾ। ਤੇਰੀ ਸਿੰਘਾ ਕੀ ਜਾਤ? ਨਾਮੀ ਵੰਸ਼ ਮੈਂ ਹਾਂ ਭਰਾਤ ਜੀ, ਮੈਂ ਨਾਮਦੇਵ ਦੀ ਵੰਸ਼ ਵਿੱਚ ਉੱਚੀ ਮਾਂ ਹਾਂ ਜੀ। ਨਾਲੇ ਸਿੰਘ ਕਈ ਜਾਣਾ, ਨਾਲੇ ਖਾਲਸਾ ਕਈ ਜਾਣਾ, ਨਾਲੇ ਜਾਤ ਪੁੱਛੀ ਜਾਣੀ। ਜਿਹੜੀ ਰੀਤ ਉਦੋਂ ਸੀ ਅੱਜ ਵੀ ਚੱਲ ਰਹੀ ਹੈ, ਪਰ ਮਰਿਆਦਾ ਚ ਲਿਖਿਆ ਸਿੰਘ ਤੇ ਕੌਰ। ਉਸ ਤੋਂ ਬਾਅਦ ਜਨਮ ਮਰਨ, ਜਨਮ ਦੇ ਸੰਬੰਧ ਵਿੱਚ ਖਾਣ ਪੀਣ ਦਾ ਕੋਈ ਸੂਤਕ ਦਾ ਭਰਮ ਨਹੀਂ ਕਰਨਾ, ਕਿਉਂਕਿ ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸਿਖਾਈ। ਫਿਰ ਸਿੱਖ ਰਹਿਤ ਮਰਿਆਦਾ ਦੀ ਤੀਜੀ ਮਦ ਲਿਖੀ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਰੁਮਾਲ ਤੋਂ ਚੋਲਾ ਬਣਾ ਕੇ ਪਾਉਣਾ ਮਨਮਤ ਹੈ। ਇਹ ਤਿੰਨ ਮੱਦਾਂ ਉਹਦੇ ਚ ਲਿਖੀਆਂ ਹੋਈਆਂ ਨੇ। ਆਤਮਕ ਤੌਰ ਤੇ ਬੱਚਾ ਕਿਵੇਂ ਬਲਵਾਨ ਹੋਏਗਾ? ਉਦੋਂ ਹੋਏਗਾ ਜਦੋਂ ਆਤਮਕ ਤੌਰ ਤੇ ਅਸੀਂ ਗੁਰੂ ਤੇ ਰੱਬ ਨਾਲ ਜੁੜੇ ਹੋਵਾਂਗੇ, ਜਦੋਂ ਸਾਡੀ ਆਤਮਾ ਰਾਮ ਨਾਲ ਰਮੇ ਹੋਏ ਨਾਲ ਜੁੜੀ ਰਹੇਗੀ, ਜਦੋਂ ਆਤਮ ਰਾਮ ਇੱਕ ਹੋਣਗੇ। ਰਾਮ ਹੀ ਅਸਲ ਚ ਆਤਮ ਦਾ ਰੂਪ ਹੈਗਾ, ਰਾਮ ਹੀ ਫੈਲਿਆ ਹੋਇਆ। ਜਿਸ ਦਿਨ ਆਤਮਕ ਤੌਰ ਤੇ ਰਾਮ ਨੂੰ ਅਸੀਂ ਸਮਝ ਲਵਾਂਗੇ, ਉਦਣ ਆਤਮਕ ਤੌਰ ਤੇ ਬਲਵਾਨ ਹੋ ਜਾਵਾਂਗੇ। ਹੁਣ ਆਤਮਕ ਤੌਰ ਤੇ ਸਾਡੇ ਬੱਚਿਆਂ ਨੂੰ ਬਲਵਾਨ ਨਹੀਂ ਕੀਤਾ ਜਾ ਰਿਹਾ, ਅਸੀਂ ਆਪ ਹੀ ਬਲਵਾਨ ਨਹੀਂ ਹਾਂ। ਸਾਡੇ ਗੁਰਦੁਆਰਿਆਂ ਵਿੱਚੋਂ ਇਹ ਸੇਧ ਨਹੀਂ ਮਿਲ ਰਹੀ, ਸਾਡੇ ਘਰਾਂ ਚੋਂ ਇਹ ਸੇਧ ਨਹੀਂ ਮਿਲ ਰਹੀ। ਅਸੀਂ ਘਰਾਂ ਚ ਬੱਚੇ ਦਾ ਜਨਮ ਦਿਨ ਮਨਾ ਲੈਂਦੇ ਹਾਂ, ਪਰ ਜਨਮ ਦਿਨ ਮਨਾਉਂਦੇ ਹਾਂ, ਕੇਕ ਕੱਟ ਰਹੇ ਹਾਂ, ਮੋਮਬੱਤੀਆਂ ਬੁਝਾ ਰਹੇ ਹਾਂ ਤੇ ਕੁਝ ਕਰ ਰਹੇ ਹਾਂ, ਤੇ ਉਸ ਤੋਂ ਬਾਅਦ ਫਿਰ ਸ਼ਰਾਬ ਕਬਾਬ ਦੇ ਦੌਰ ਸ਼ੁਰੂ ਹੋ ਜਾਂਦੇ। ਦੇਖੋ, ਸਵੇਰੇ ਰੱਖਿਆ ਖੰਡਪੜ ਸਾਹਿਬ ਜਾਂ ਭੋਗ ਪਿਆ, ਬੱਚੇ ਦੇ ਜਨਮ ਦੇ ਖੰਡਪੜ ਦਾ ਭੋਗ ਪਿਆ, ਬੱਚੇ ਦੇ ਮੂੰਹ ਨੂੰ ਕੜਾਹ ਪ੍ਰਸ਼ਾਦੀ ਦੇਗ ਲਵਾਈ, ਜਕਾਰਾ ਛੱਡ ਦਿੱਤਾ, ਬੋਲੇ ਸੋਨੇ ਹਾਲ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਜੇ ਘਰੋਂ ਬਾਹਰ ਗਿਆ, ਬੋਤਲਾਂ ਦੇ ਢੱਕਣ ਖੁੱਲ ਗਏ, ਬੋਤਲ ਬੱਚੇ ਦੇ ਮੂੰਹ ਨੂੰ ਲਵਾਈ, ਫਿਰ ਜਕਾਰਾ ਛੱਡ ਦਿੱਤਾ, ਬੋਲੇ ਸੋਨੇ ਹਾਲ। ਹੁਣ ਕੀ ਹੋ ਗਿਆ ਜੀ? ਹੁਣ ਜੀ ਗੁਰੂ ਸਾਹਿਬ ਆਪਣੇ ਘਰ ਚਲੇ ਗਏ ਨੇ। ਜਾਂ ਰਾਗਿਆਂ ਨੂੰ ਕਿਹਾ ਜਾਂਦਾ ਸ਼ਬਦ ਪੜੋ, ਜੰਮਿਆ ਪੂਤ ਭਗਤ ਗੋਬਿੰਦ ਕਾ, ਸਿਰ ਤੇ ਹੱਥ ਫੇਰੋ,
ਸੰਜੇ ਦਾ ਭਗਤ ਲੱਗਦਾ, ਗੋਬਿੰਦ ਦਾ ਭਗਤ ਨਜ਼ਰ ਹੀ ਨਹੀਂ ਆਉਂਦਾ, ਗੁਰੂ ਗੋਬਿੰਦ ਸਿੰਘ ਦਾ ਸਿੱਖ ਤੇ ਦਿਸਦਾ ਹੀ ਨਹੀਂ ਹੈਗਾ। ਤੇ ਉਸ ਤੋਂ ਬਾਅਦ ਦੌਰ ਸ਼ੁਰੂ ਹੁੰਦਾ ਸ਼ਰਾਬ ਕਬਾਬ ਨਸ਼ਿਆਂ ਦਾ, ਕਿਉਂਕਿ ਗੁਰੂ ਸਾਹਿਬ ਘਰ ਚਲੇ ਗਏ ਨੇ। ਯਾਦ ਰੱਖਿਓ ਗੁਰੂ ਘਰ ਆਉਂਦਾ ਹੈ, ਆ ਕੇ ਜਾਂਦਾ ਨਹੀਂ ਹੈ, ਜਾਂਦਾ ਨਹੀਂ ਹੈ। ਜੇ ਸਿੱਖ, ਕਿਉਂਕਿ ਗੁਰੂ ਹੈ ਬਾਣੀ, ਗੁਰੂ ਬਾਣੀ, ਅਸੀਂ ਕਹਿੰਦੇ ਗੁਰੂ ਮੇਰਾ ਸੰਗ ਸਦਾ ਹੈ ਨਾਲ, ਕਦੋਂ ਨਾਲ ਹੈ? ਸ਼ਰਤ ਹੈਗੀ ਹੈ ਸਿਮਰ ਸਿਮਰ ਤਿਸ ਸਦਾ ਸੰਭਾਲੇ, ਜਦੋਂ ਕੋਈ ਗੁਰੂ ਸ਼ਬਦ ਨੂੰ ਸਮਝ ਕੇ ਸੰਭਾਲ ਲਏਗਾ ਗੁਰੂ ਨਾਲ ਹੀ ਰਹੇਗਾ, ਦੂਰ ਨਹੀਂ ਜਾਏਗਾ। ਸ਼ਬਦ ਨੂੰ ਸੰਭਾਲਣਾ ਗੁਰੂ ਨੂੰ ਅੰਗ ਰੱਖ ਅੰਗ ਸੰਗ ਰੱਖਣਾ ਹੈ। ਜੇ ਸਿੱਖ ਸਵੇਰੇ ਸ਼ਾਮ ਨਿਤਨੇਮ ਕਰੇ, ਬਾਣੀ ਦਾ ਪਾਠ ਕਰੇ, ਘਰ ਦੇ ਵਿੱਚ ਪਤੀ ਪਤਨੀ ਬੈਠ ਕੇ ਨਿਤਨੇਮ ਕਰਨ, ਬੱਚੇ ਬੈਠ ਕੇ ਸੁਣਨ, ਸ਼ਬਦ ਪੜੇ ਜਾਣ, ਸਮਝ ਲਓ ਗੁਰੂ ਘਰ ਹੈ, ਗਿਆ ਨਹੀਂ, ਗਿਆ ਨਹੀਂ। ਜਿਸ ਦਿਨ ਘਰ ਤੋਂ ਸਿੱਖ ਦੇ ਘਰ ਚੋਂ ਨਿਤਨੇਮ ਚਲਾ ਜਾਂਦਾ ਹੈ, ਜਿਸ ਦਿਨ ਸਿੱਖ ਦੇ ਘਰ ਚੋਂ ਗੁਰਬਾਣੀ ਚਲੀ ਜਾਂਦੀ ਹੈ, ਉਹ ਦਿਨ ਗੁਰੂ ਘਰ ਚੋਂ ਚਲਾ ਜਾਂਦਾ ਹੈ। ਤੇ ਜਦੋਂ ਘਰ ਚੋਂ ਗੁਰੂ ਚਲਾ ਜਾਂਦਾ ਹੈ, ਫਿਰ ਕਬੀਰ ਜਾ ਕਰ ਸਾਧਨਾ ਸੇਵੀਐ, ਹਰ ਕੀ ਸੇਵਾ ਨਾਹੀਂ, ਤੇ ਕਰ ਮਰਟ ਸਾਰਖੇ ਭੂਤ ਵਸੈ ਤਿਨ ਮਨ। ਫਿਰ ਉਹ ਘਰ ਸ਼ਮਸ਼ਾਨ ਨੇ, ਉਹਦੇ ਵਿੱਚ ਵਸਣ ਵਾਲੇ ਭੂਤ ਪ੍ਰੇਤੀ ਨੇ, ਭੂਤ ਪ੍ਰੇਤ ਜਿਹਨਾਂ ਸਰੀਰ ਘਰ ਨੇ ਮਿਲਿਆ ਪਟਕ ਰਹੇ ਨੇ, ਉਹਨਾਂ ਕੋਲ ਘਰ ਹੁੰਦਿਆਂ ਉਸ ਹੁੰਦਿਆਂ ਪਟਕ ਰਹੇ, ਫਿਰ ਉਹੀ ਭੂਤ ਹੋਏ ਨਾ, ਉਹੀ ਭੂਤ ਹੋਏ ਅਸਲੀ। ਹੁਣ ਅਸ ਭੂਤ ਨੇ ਉਹ, ਤੇ ਕਰ ਮਰਟ ਸਾਰਖੇ ਭੂਤ ਵਸੈ ਤਿਨ ਮਨ। ਕੱਲ ਮੈਂ ਪ੍ਰੇਤ ਜਿਨੀ ਨਾਮ ਨਾ ਪਛਾਤਾ, ਨਾਮ ਨਾਲ ਟੁੱਟੇ ਹੋਏ ਪ੍ਰੇਤ ਬਣ ਜਾਂਦੇ ਨੇ, ਹਰ ਕੇ ਨਾਮਹੀਣ ਬੇਤਾਲ, ਰੱਬ ਦੇ ਨਾਮ ਨਾਲ ਟੁੱਟੇ ਹੋਏ ਜ਼ਿੰਦਗੀ ਦੇ ਤਾਲ ਤੋਂ ਖੁੰਝ ਗਏ, ਬੇਤਾਲੇ ਹੋ ਗਏ। ਕੱਲੀ ਅੰਦਰ ਨਾਨਕਾ ਜਿੰਨਾ ਦਾ ਅਹੁਦਾ, ਕਹਿਣ ਲੱਗੇ ਮੈਂ ਦੇਖਦਾ ਪਰਿਵਾਰ ਜਿੰਨ ਬਣੇ ਹੋਏ ਨੇ, ਪਿਓ ਜਿੰਨ ਬਣਿਆ, ਪੁੱਤਰ ਛੋਟਾ ਜਿੰਨ ਹੈ, ਧੀ ਛੋਟੀ ਜਿੰਨਣੀ ਹੈ, ਪਤਨੀ ਜਿਹੜੀ ਆ ਉਹ ਜਿੰਨਾ ਦੀ ਮਾਲਕ ਸਰਦਾਰ ਬਣੀ ਹੋਈ ਹੈ। ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਪੁੱਤ ਜਿਨੂਰਾ ਤੀ ਜਨੂਰੀ, ਜੋਰੂ ਜਿੰਨਾ ਦਾ ਸਿੱਖਦਾਰ, ਭੂਤ ਪ੍ਰੇਤੀ ਬਣੇ ਬੈਠੇ ਨੇ ਸਾਰੇ, ਕਿਉਂਕਿ ਗੁਰੂ ਨਹੀਂ ਹੈ ਨਾ ਘਰ ਚ। ਗੁਰੂ ਜਾਂਦਾ ਨਹੀਂ ਹੈ ਜੇ ਸ਼ਬਦ ਨਿਤਨੇਮ ਖਰ ਹੋਵੇ, ਘਰ ਵਿੱਚ ਆਤਮਕ ਗੁਣ ਨਹੀਂ ਆ ਰਹੇ, ਗੁਰਦੁਆਰੇ ਚੋਂ ਆ ਜਾਣ ਜੀ। ਸਾਡੇ ਧਰਮ ਸਥਾਨਾਂ ਵਿੱਚੋਂ ਵੀ ਬਹੁਤ ਘੱਟ ਨੇ, ਹੈ ਨੇ, ਪਰ ਇੰਨੇ ਨਹੀਂ ਜਿੰਨੇ ਹੋਣੇ ਚਾਹੀਦੇ ਹੋਣੇ ਚਾਹੀਦੇ। ਬੱਚਿਆਂ ਵਿੱਚ ਆਤਮਕ ਗੁਣ ਪੈਦਾ ਕਰਨ ਵਾਸਤੇ ਅਸੀਂ ਧਰਮ ਦੇ ਨਾਂ ਤੇ ਸਕੂਲ ਕਾਲਜ ਖੋਲੇ, ਖਾਲਸਾ ਸਕੂਲ, ਖਾਲਸਾ ਕਾਲਜ, ਗੁਰੂ ਸਾਹਿਬਾਨਾਂ ਦੇ ਨਾਂ ਤੇ। ਉਹਨਾਂ ਖਾਲਸਾ ਸਕੂਲਾਂ ਕਾਲਜਾਂ ਦੇ ਵਿੱਚ ਵੀ ਗੁਰਮਤਿ ਨਹੀਂ ਮਿਲ ਰਹੀ। ਕਿਸੇ ਜ਼ਿਮੀਦਾਰ ਨੇ ਦੇਖਿਆ ਵੀ ਗੁਆਂਢੀ ਜ਼ਿਮੀਦਾਰ ਦੀ ਫਸਲ ਬਹੁਤ ਹੁੰਦੀ ਹੈ, ਇਹ ਕਰਦਾ ਕੀ ਹੈ? ਦੇਖਾਂ ਤੇ ਸਹੀ। ਉਹਨੇ ਲੁਕ ਕੇ ਦੇਖਣਾ ਸ਼ੁਰੂ ਕਰ ਦਿੱਤਾ, ਇਹ ਗੋਡੀ ਕਰਦਾ ਹੈ, ਇਹ ਖਾਦ ਪਾਉਂਦਾ ਹੈ, ਇਹ ਪਾਣੀ ਲਾਉਂਦਾ ਹੈ, ਰਖਵਾਲੀ ਕਰਦਾ ਹੈ, ਸਾਰਾ ਕੁਛ। ਉਹਨੇ ਕੀ ਕੀਤਾ, ਉਹਨੇ ਵੀ ਖੇਤ ਨੂੰ ਪਾਣੀ ਵੀ ਲਾਇਆ, ਗੋਡੀ ਵੀ ਕੀਤੀ, ਖਾਦ ਵੀ ਪਾ ਦਿੱਤੀ, ਫਸਲ ਹੋਈ ਨੀ। ਬੜਾ ਹੈਰਾਨ ਹੋਈ ਕਿਉਂ ਨੀ, ਬਾਅਦ ਚੋਂ ਪਤਾ ਲੱਗਿਆ ਵੀ ਬੀਜ ਤੇ ਪਾਇਆ ਹੀ ਨੀਗਾ, ਅਸਲੀ ਕੰਮ ਤੇ ਬੀਜ ਪਾਉਣਾ ਸੀ। ਅਸੀਂ ਵੀ ਗੁਆਂਢੀ ਧਰਮ ਵੱਲ ਦੇਖਿਆ ਵੀ ਈਸਾਈ ਕੀ ਕਰ ਰਹੇ ਨੇ, ਸਕੂਲ ਖੋਲ ਰਹੇ ਨੇ, ਕਾਲਜ ਖੋਲ ਰਹੇ ਨੇ, ਅਕੈਡਮੀਆਂ ਖੋਲ ਰਹੇ ਨੇ, ਹੋਸਪਿਟਲ ਖੋਲ ਰਹੇ ਨੇ, ਡਿਸਪੈਂਸਰੀਆਂ ਖੋਲ ਰਹੇ ਨੇ, ਤੇ ਲੋਕ ਤੜਾ ਤੜਾ ਈਸਾਈ ਬਣ ਰਹੇ ਨੇ। ਅਸੀਂ ਕਿਹਾ ਵੀ ਲੈ ਵੀ ਸਕੀਮ ਹੱਥ ਆ ਗਈ, ਅਸੀਂ ਸਕੂਲ ਕਾਲਜ ਖੋਲੇ, ਡਿਸਪੈਂਸਰੀਆਂ ਹੋਸਪਿਟਲ ਖੋਲੇ, ਖੋਲਣੇ ਚਾਹੀਦੇ ਨੇ, ਜ਼ਰੂਰੀ ਨੇ ਸਮਾਜ ਦੇ ਵਿੱਚ, ਇਹ ਚੀਜ਼ਾਂ ਸਾਰੀਆਂ ਜ਼ਰੂਰੀ ਨੇ। ਜਿਹੜਾ ਵੀ ਧਰਮ ਇਹ ਕੰਮ ਕਰਦਾ ਚੰਗਾ ਕਰਦਾ, ਸਮਾਜ ਨੂੰ ਸਹੂਲਤਾਂ ਮਿਲ ਰਹੀਆਂ ਨੇ, ਭਾਵੇਂ ਉਹ ਈਸਾਈ ਮਤ ਹੈ, ਭਾਵੇਂ ਸਿੱਖ ਮਤ, ਕੋਈ ਵੀ ਮਤ ਹੈ। ਪਰ ਜਿਹੜਾ ਅਸਲੀ ਕੰਮ ਕਰਨਾ ਸੀ, ਬੀਜ ਪਾਉਣਾ, ਉਹ ਪਾਇਆ ਨਹੀਂ। ਜੈਸੇ ਧਰਤੀ ਸਾਧੇ ਬਹੁ ਬਿਧ, ਬਿਨ ਬੀਜੇ ਨਹੀਂ ਜੰਮੇ। ਜਿੰਨੀ ਮਰਜ਼ੀ ਧਰਤੀ ਸੋਧ ਲਓ, ਜਿੰਨਾ ਚਿਰ ਬੀਜ ਨਹੀਂ ਪਾਵਾਂਗੇ ਉੱਗੇਗਾ ਨਹੀਂ। ਖਾਲਸਾ ਸਕੂਲ ਖੋਲੇ, ਖਾਲਸਾ ਕਾਲਜ ਖੋਲੇ, ਖਾਲਸਾ ਅਕੈਡਮੀਆਂ ਖੋਲ ਲਈਆਂ, ਸਿੱਖੀ ਦਾ ਬੀਜ ਪਾਉਣਾ ਸੀ, ਪਾਇਆ ਨਹੀਂ। ਸਟਾਫ ਸਾਰਾ ਗੈਰ ਸਿੱਖ ਹੈ, ਗੈਰ ਸਿੱਖ ਦਸ਼ਮੇਸ਼ ਅਕੈਡਮੀ ਹੈ ਨਾ, ਕਿੰਨੀ ਮਸ਼ਹੂਰ, ਪ੍ਰਿੰਸੀਪਲ ਕਲੀਨ ਸ਼ੇਮਨ ਹੈ, ਔਰ ਆਪ ਹੀ ਮਨਮਤੀਆਂ ਨਹੀਂ ਹੈ, ਆਪ ਹੀ ਸਿੱਖੀ ਤੋਂ ਕੋਹਾਂ ਦੂਰ, ਤੇ ਮਨਮਤ ਫੈਲਾਉਣ ਵਾਲਾ ਨਹੀਂ, ਬਲਕਿ ਉਹ ਹਰ ਹਫ਼ਤੇ ਅਕੈਡਮੀ ਦੇ ਵਿੱਚ ਨਾਈ ਲੈ ਕੇ ਆਉਂਦਾ ਹੈ, ਬੱਚਿਆਂ ਨੂੰ ਕਹਿੰਦਾ ਤੁਹਾਨੂੰ ਜਾਣਾ ਨਾ ਪਵੇ, ਇੱਥੇ ਕੇਸ ਕਟਲ ਕਰਾ ਲਓ, ਹੈ ਉਹ ਦਸ਼ਮੇਸ਼ ਅਕੈਡਮੀ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਉੱਥੇ ਕੁਝ ਪ੍ਰੋਗਰਾਮ ਹੋਇਆ, ਮੈਡੀਕਲ ਕਾਲਜ ਦੇ ਵਿਦਿਆਰਥੀ ਪੜ੍ਹੇ ਲਿਖੇ ਸਿਆਣੇ ਹੁੰਦੇ ਨੇ, ਵੱਡੇ ਹੁੰਦੇ ਨੇ ਬੱਚੇ, ਕੁਝ ਹੋਇਆ ਮੈਡੀਕਲ ਕਾਲਜ ਵਿੱਚ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ। ਉਹਨਾਂ ਵਿਦਿਆਰਥੀਆਂ ਨੂੰ ਸਵਾਲ ਕੀਤਾ ਗਿਆ, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਕਿੱਥੇ ਸਜਾਇਆ ਸੀ? ਕਿਸੇ ਨੂੰ ਵੀ ਜਵਾਬ ਨਹੀਂ ਆਇਆ।
ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਕਾਲਜ ਤੇ ਹੈ, ਸਿੱਖੀ ਦਾ ਬੀਜ ਪਾਇਆ ਨਹੀਂ, ਗੁਰਬਾਣੀ ਤੇ ਇਤਿਹਾਸ ਦਾ ਬੀਜ ਪਾਇਆ ਨਹੀਂ। ਜਿਸ ਸਟਾਫ ਨੇ ਨਾਲ ਨਾਲ ਗਾਈਡੈਂਸ ਦੇਣੀ ਸੀ ਉਹ ਸਟਾਫ ਤੇ ਹੈ ਹੀ ਨਹੀਂ, ਗੁਰਮਤ ਵਾਲਾ ਸਿੱਖੀ ਸਟਾਫ ਹੈ ਹੀ ਨਹੀਂ ਹੈ। ਕੇਬੀਸੀ ਪ੍ਰੋਗਰਾਮ ਚੱਲ ਰਿਹਾ ਸੀ, ਕੌਣ ਬਣੇਗਾ ਕਰੋੜਪਤੀ, ਗੁਰਸਿੱਖ ਪਤੀ ਪਤਨੀ ਉਸ ਪ੍ਰੋਗਰਾਮ ਚ ਬੜੇ ਇੰਟੈਲੀਜੈਂਟ ਸਿਆਣੇ ਫਟਾਫਟ ਜਵਾਬ ਦੇ ਜਾ ਰਹੇ ਨੇ, ਰਕਮ ਜਿੱਤੀ ਜਾ ਰਹੇ ਨੇ। ਫਿਲਮਾਂ ਬਾਰੇ ਪੁੱਛਿਆ, ਸਭ ਕੁਛ ਪਤਾ, ਐਕਟਰਾਂ ਦਾ ਪਤਾ, ਸਪੋਰਟਸ ਦਾ ਪਤਾ, ਦੁਨੀਆ ਦਾ ਪਤਾ, ਜੋਗ੍ਰਾਫੀ ਦਾ ਪਤਾ, ਪੋਲੀਟਿਕਸ ਦਾ ਪਤਾ, ਸਾਰੇ ਜਵਾਬ ਦੇ ਹੀ ਗਏ। ਇੱਕ ਥਾਂ ਤੇ ਸਵਾਲ ਆ ਗਿਆ ਸਿੱਖ ਧਰਮ ਨਾਲ ਸੰਬੰਧਿਤ, ਅਕਾਲ ਬੁੰਗੇ ਦੀ ਸਿਰਜਣਾ ਕਿੰਨੇ ਕੀਤੀ, ਕਿਸ ਗੁਰੂ ਸਾਹਿਬ ਨੇ ਕੀਤੀ। ਆਪਸ਼ਨ ਵੀ ਆਈਆਂ ਚਾਰ, ਕੰਫਿਊਜ਼ ਹੋ ਗਏ, ਪਤਾ ਹੀ ਨਹੀਂ, ਪਤਾ ਹੀ ਨਹੀਂ। ਦੁਨੀਆ ਭਰ ਦੀ ਜਾਣਕਾਰੀ ਰੱਖਣ ਵਾਲੇ ਨੂੰ ਆਪਣੇ ਧਰਮ ਦੀ ਜਾਣਕਾਰੀ ਨਹੀਂ ਸੀ, ਰਕਮ ਹਾਰ ਕੇ ਚਲੇ ਗਏ ਕਿ ਅਕਾਲ ਬੁੰਗੇ ਦੀ ਸਿਰਜਣਾ ਕਿੰਨੇ ਕੀਤੀ। ਕਿਉਂ? ਆਪਣਾ ਲਿਟਰੇਚਰ, ਗੁਰਬਾਣੀ, ਇਤਿਹਾਸ ਪੜ੍ਹਿਆ, ਆਤਮਕ ਪੱਖ ਕੋਰਾ ਰਹਿ ਗਿਆ, ਜੁੜਿਆ ਹੀ ਨਹੀਂ। ਔਰ ਇਹਦੇ ਤੋਂ ਇਲਾਵਾ ਮੈਨੂੰ ਯਾਦ ਹੈ ਦਿੱਲੀ ਦੇ ਵਿੱਚ ਇੱਕ ਈਸਾਈ ਨੇ ਕੋਨਵੈਂਟ ਸਕੂਲ ਖੋਲਿਆ, ਤੇ ਉਸ ਕੋਨਵੈਂਟ ਸਕੂਲ ਦੇ ਵਿੱਚ ਕੀ ਹੁੰਦਾ ਸੀ ਕਿ ਹਫ਼ਤੇ 'ਚ 15 ਮਿੰਟ ਸਾਰਿਆਂ ਬੱਚਿਆਂ ਨੂੰ ਚਰਚ ਲਿਆਇਆ ਜਾਂਦਾ ਸੀ ਵਾਰੀ ਵਾਰੀ ਕਲਾਸਾਂ ਵਾਈਸ, ਤੇ ਉਹ 15-15 ਮਿੰਟ ਇੱਕ ਇੱਕ ਕਲਾਸ ਨੂੰ ਉਹ ਈਸਾਈ ਧਰਮ ਬਾਰੇ ਜਾਣਕਾਰੀ ਦਿੰਦਾ ਹੁੰਦਾ ਸੀ। ਇੱਕ ਦਿਨ ਕਿਸੇ ਕਾਰਨ ਸਕੂਲ ਦਾ ਸਟਾਫ ਬੱਚਿਆਂ ਨੂੰ ਲੈ ਕੇ ਚਰਚ ਨਹੀਂ ਪਹੁੰਚਿਆ, ਛੁੱਟੀ ਹੋ ਗਈ। ਅਗਲੇ ਦਿਨ ਸਕੂਲ ਖੁੱਲ੍ਹਿਆ, ਉਹ ਪਾਦਰੀ ਪਹੁੰਚ ਗਿਆ ਜਿਹਨੇ ਸਕੂਲ ਬਣਾਇਆ ਸੀ। ਅਸੈਂਬਲੀ 'ਚ ਸਾਰੇ ਇਕੱਠੇ ਕਰ ਲਏ ਉਹਨੇ, ਟੀਚਰ ਸਾਰੇ ਆ ਗਏ, ਬੱਚੇ ਆ ਗਏ। ਉਹਨੇ ਬੱਚਿਆਂ ਨੂੰ ਕਹਿ ਦਿੱਤਾ, ਬੱਚਿਓ ਅੱਜ ਤੋਂ ਮੈਂ ਸਕੂਲ ਬੰਦ ਕਰ ਰਿਹਾ, ਤੁਸੀਂ ਹੋਰ ਸਕੂਲ ਦੇਖ ਲਓ। ਜਿਹੜੇ ਟੀਚਰ ਸੀਗੇ ਉਹਨਾਂ ਸਾਰਿਆਂ ਨੂੰ ਕਹਿ ਦਿੱਤਾ ਵੀ ਤੁਸੀਂ ਵੀ ਆਪੋ ਆਪਣੀ ਜੋਬ ਦੇਖ ਲਓ, ਮੈਂ ਸਕੂਲ ਬੰਦ ਕਰ ਰਿਹਾ ਇਹ। ਟੀਚਰ ਬੜੇ ਹੈਰਾਨ ਹੋਏ, ਕਿਉਂ ਬੰਦ ਕਰ ਰਹੇ ਹੋ, ਕੀ ਕਾਰਨ? ਕਹਿਣ ਲੱਗਾ, ਮੈਂ ਸਕੂਲ ਖੋਲ੍ਹਿਆ ਸੀ ਈਸਾਈ ਧਰਮ ਦੇ ਨਾਂ 'ਤੇ, ਈਸਾਈ ਦੇ ਪ੍ਰਚਾਰ ਵਾਸਤੇ। ਜੇ ਸਕੂਲ ਖੋਲ੍ਹਣਾ ਹੀ ਮਕਸਦ ਹੁੰਦਾ ਬੱਚਿਆਂ ਨੂੰ ਪੜ੍ਹਾਉਣਾ, ਤੇ ਦੁਨੀਆਂ 'ਚ ਹਜ਼ਾਰਾਂ ਸਕੂਲ ਚੱਲਦੇ ਹੀ ਰਹੇ ਨੇ, ਚੱਲ ਰਿਹਾ। ਮੈਨੂੰ ਕੀ ਲੋੜ ਸੀ ਖੋਲ੍ਹਣ ਦੀ? ਮੇਰਾ ਪਰਪਸ ਸੀ ਖੋਲ੍ਹਣ ਦਾ ਕਿ ਮੈਂ ਦੁਨੀਆਂ ਨੂੰ ਈਸਾਈ ਧਰਮ ਬਾਰੇ ਜਾਣਕਾਰੀ ਦੇਵਾਂ ਕਿ ਸਾਡਾ ਧਰਮ ਆਹ ਗੁਣਾਂ ਨਾਲ ਭਰਪੂਰ ਹੈ, ਤੇ ਜੇ ਮੈਂ ਜਾਣਕਾਰੀ ਨਹੀਂ ਦੇ ਸਕਦਾ ਫਿਰ ਖੋਲ੍ਹਣ ਦਾ ਕੀ ਹੋਣਾ? ਫਿਰ ਬੱਚੇ ਹੋਰ ਸਕੂਲਾਂ 'ਚ ਪੜ੍ਹ ਲੈਣਗੇ, ਤੁਸੀਂ ਹੋਰ ਸਕੂਲਾਂ 'ਚ ਜੋਬ ਕਰ ਲਿਓ। ਉਹਨਾਂ ਟੀਚਰਾਂ ਨੇ ਮਾਫ਼ੀ ਮੰਗੀ ਕਿ ਅੱਜ ਤੋਂ ਬਾਅਦ ਅਸੀਂ ਹਰ ਰੋਜ਼ 15 ਮਿੰਟ ਹਰ ਰੋਜ਼ ਲੈ ਕੇ ਆਇਆ ਕਰਾਂਗੇ, ਦੁਬਾਰਾ ਗਲਤੀ ਨਹੀਂ, ਹੁਣ ਗਲਤੀ ਨਹੀਂ ਕਰਾਂਗੇ, ਅੱਗੇ ਹਫ਼ਤੇ 'ਚ ਇੱਕ ਵਾਰੀ, ਹੁਣ ਹਰ ਰੋਜ਼ 'ਚ। ਉਹਨਾਂ ਦਾ ਸਕੂਲ ਖੋਲ੍ਹਣ ਦਾ ਪਰਪਸ ਹੈ ਕਿ ਅਸੀਂ ਇਨਫੋਰਮੇਸ਼ਨ ਦੇਈਏ, ਪ੍ਰਚਾਰ ਕਰੀਏ ਆਪਣੇ ਧਰਮ ਦਾ। ਦੇਖੋ, ਪ੍ਰਚਾਰ ਮਾੜਾ ਨਹੀਂ, ਹਰ ਇੱਕ ਨੂੰ ਹੱਕ ਹੈਗਾ ਆਪਣੇ ਧਰਮ ਦਾ ਪ੍ਰਚਾਰ ਦਾ। ਗੁਰੂ ਨਾਨਕ ਪਾਤਸ਼ਾਹ ਸੱਚ ਲੈ ਕੇ ਘਰੇ ਬੈਠੇ ਰਹਿੰਦੇ, ਅੱਜ ਅਸੀਂ ਇੱਥੇ ਨਾ ਹੁੰਦੇ। ਗੁਰੂ ਨਾਨਕ ਪਾਤਸ਼ਾਹ ਦੇਸ਼ਾਂ ਵਿਦੇਸ਼ਾਂ 'ਚ ਪ੍ਰਚਾਰ ਕਰਨ ਵਾਸਤੇ ਗਏ ਤਾਂ ਕਿ ਸਿੱਖੀ ਫੈਲੇ, ਗੁਣ ਦੱਸੇ ਜਾਣ। ਥੋਪਿਆ ਨਹੀਂ ਹੈ ਪਰ ਜਾਣਕਾਰੀ ਦਿੱਤੀ ਵੀ ਸਾਡਾ ਧਰਮ ਵੀ ਇਹ, ਸਾਡੇ ਗੁਣ ਨੇ, ਤੁਹਾਨੂੰ ਚੰਗੇ ਲੱਗਦੇ ਨੇ ਤਾਂ ਸਖਤ ਕਰ ਲਓ, ਨਹੀਂ ਚੰਗੇ ਲੱਗਦੇ। ਹੁਣ ਸਾਡੇ ਸਕੂਲ ਕਾਲਜ ਜਿਹੜੇ ਖੁੱਲ ਰਹੇ ਨੇ, ਹੋਸਪਿਟਲ ਡਿਸਪੈਂਸਰੀਆਂ ਖੁੱਲ ਰਹੀਆਂ ਨੇ, ਪਰ ਉਹਨਾਂ 'ਚ ਸਾਡਾ ਸਟਾਫ ਗੁਰਸਿੱਖੀਵਾਨ ਨਹੀਂ ਹੈਗਾ, ਰਹਿਤਵਾਨ ਨਹੀਂ ਹੈਗਾ, ਜਿਹੜੇ ਨਾਲ ਨਾਲ ਮਰੀਜ਼ਾਂ ਨੂੰ ਸਿੱਖੀ ਬਾਰੇ ਪੈਂਫਲੇਟ ਦੇਣ, ਥੋੜ੍ਹੀ ਜਿਹੀ ਗੱਲ ਸਮਝਾ ਦੇਣ, ਬੱਚਿਆਂ ਨੂੰ ਸਿੱਖੀ ਦਾ ਇਨਫੋਰਮੇਸ਼ਨ ਦੇ ਦੇਣ। ਤੇ ਕੀ ਹੋਇਆ, ਬੀਜ ਪਾਇਆ ਨਹੀਂ, ਬਾਕੀ ਸਾਰਾ ਕੁਛ ਕਰ ਲਿਆ। ਤੇ ਉਹ ਫਸਲ ਕਿਵੇਂ ਹੋਏਗੀ? ਜੈਸੇ ਧਰਤੀ ਸਾਧੇ ਬਹੁਵਿਧ ਬਿਨ ਬੀਜਿਆ ਨਹੀਂ ਜਾਂਦੇ, ਚੰਗੀ ਫਸਲ ਨਹੀਂ ਹੋਏਗੀ। ਹੁਣ ਆ ਗਈ ਸਾਡੇ ਧਾਰਮਿਕ ਸਥਾਨਾਂ ਦੀ। ਸੱਚਮੁੱਚ ਈਸਾਈ ਮਤ ਨੇ ਬਹੁਤ ਕੁਛ ਕੀਤਾ, 2500 ਭਾਸ਼ਾਵਾਂ ਵਿੱਚ ਉਹਨਾਂ ਨੇ ਬਾਈਬਲ ਛਾਪੀ, ਬਲਕਿ ਅਫਰੀਕਾ ਦੀ ਇੱਕ ਬੋਲੀ ਨਾਮਾ ਬੋਲੀ ਵਿੱਚ ਬਾਈਬਲ ਦੀ ਟ੍ਰਾਂਸਲੇਸ਼ਨ ਕਰਨ ਵਾਸਤੇ 142 ਸਾਲ ਲੱਗੇ ਸੀ ਉਹਨਾਂ ਨੂੰ। 142 ਸਾਲ, 142 ਸਾਲ ਲਾ ਕੇ ਨਾਮਾ ਬੋਲੀ ਵਿੱਚ ਬਾਈਬਲ ਟ੍ਰਾਂਸਲੇਟ ਕੀਤੀ, ਉਹਨਾਂ ਤੱਕ ਪਹੁੰਚਾਈ। ਪੰਜਾਬੀ 'ਚ ਮਿਲਦੀ, ਸਾਡੇ 'ਚ, ਹਿੰਦੀ 'ਚ, ਗੁਜਰਾਤੀ, ਕੰਨੜ, ਮਲਿਆਲਮ, ਭਾਰਤ ਦੀਆਂ ਸਾਰੀਆਂ ਭਾਸ਼ਾਵਾਂ, 2500 ਭਾਸ਼ਾਵਾਂ 'ਚ। ਅਸੀਂ ਨੇਤਨੇਮ ਦਾ ਗੁਟਕਾ ਲੈਣ ਜਾਣਾ ਹੋਵੇ ਤੇ 5-10 ਪਾਉਣ ਲੱਗ ਜਾਂਦੇ। ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਕਿਤਾਬ ਲੈਣੀ 10 ਪਾਉਣ, ਇਹਦਾ ਮਤਲਬ 100-150 ਪਾਉਣ ਦੇ ਵਿੱਚ ਦਸਾਂ ਗੁਰੂਆਂ ਦਾ ਜੀਵਨ ਦੀਆਂ ਕਿਤਾਬਾਂ, ਗ੍ਰੰਥ। ਸਾਡਾ ਲਿਟਰੇਚਰ ਬਹੁਤ ਮਹਿੰਗਾ ਹੈ, ਕਮਾਈ ਬਹੁਤ ਕੀਤੀ ਜਾ ਰਹੀ ਹੈ। ਇਹ ਕੰਮ ਸਾਡੀਆਂ ਧਾਰਮਿਕ ਸੰਸਥਾਵਾਂ ਕਰ ਸਕਦੀਆਂ ਸੀ, ਲਾਗਤ ਮਾਤਰ ਕੀਮਤ ਦੇ ਉੱਪਰ ਦੇ ਕੇ। ਉਹ ਆਪਣੀ ਮੋਟੀ ਬਾਈਬਲ ਫ੍ਰੀ ਦੇ ਜਾਂਦੇ ਨੇ, ਅਸੀਂ ਲਾਗਤ ਵੀ ਨਹੀਂ ਲੈ ਸਕਦੇ, ਅਸੀਂ ਬੜਾ ਲੁੱਟ ਰਹੇ ਹਾਂ। ਦੂਜਾ,
ਵੱਡੇ ਵੱਡੇ ਜਥੇ ਬੁਲਾਏ ਜਾਂਦੇ ਨੇ। ਪਿੱਛੇ ਜੇ ਭਾਰਤ ਦੀ ਗੱਲ ਹੈਗੀ ਹੈ, ਉਹਨਾਂ ਨੇ ਜਥਾ ਬੁਲਾਇਆ, 22 ਏਅਰ ਟਿਕਟ ਦਿੱਤੀ ਤੇ 1,00,000 ਭੇਟਾ ਦਿੱਤੀ। ਉਹਨਾਂ ਨੇ 1.25 ਘੰਟਾ ਕੀਰਤਨ ਕੀਤਾ, 4 ਸਿੱਠਣੀਆਂ ਗਾਈਆਂ, ਗਾ ਕੇ ਤੁਰਦੇ ਹੋਏ। ਆਊਟਪੁਰਖ ਨਿਕਲੀ ਕੁਛ ਵੀ ਨਹੀਂ, ਸੰਗਤਾਂ ਦਾ ਪੈਸਾ ਦਿੱਤਾ ਨਾ, ਉਹਨਾਂ ਨੇ ਗੁਰਬਾਣੀ ਸ਼ਬਦ ਪੜ੍ਹੇ ਨਾ, ਉਹਨਾਂ ਨੇ ਵਿਆਖਿਆ ਸਮਝਾਈ ਸਿੱਖ ਧਰਮ ਕੀ ਹੈਗਾ। ਉਹ ਧਾਰਮਿਕ ਸੰਸਥਾਵਾਂ ਹਿਸਾਬ ਲਾਉਂਦੀਆਂ ਨੇ, ਇੰਨਾ ਆਟਾ ਲੱਗਿਆ, ਇੰਨੀਆਂ ਦਾਲਾਂ ਲੱਗੀਆਂ, ਇੰਨਾ ਦੁੱਧ ਲੱਗਿਆ, ਇੰਨੀ ਗੋਲਕ ਚੜ੍ਹੀ, ਇੰਨੀ ਆਮਦਨ ਹੋਈ, ਇੰਨਾ ਪ੍ਰੋਫਿਟ ਹੋਇਆ, ਇੰਨਾ ਖਰਚਾ ਹੋਇਆ। ਕਦੇ ਕਿਸੇ ਨੇ ਇਹ ਰਜਿਸਟਰ ਨਹੀਂ ਲਾਇਆ ਵੀ ਅਸੀਂ 5,00,000 ਖਰਚਾ ਕੀਤਾ, ਇਹਦੇ ਵਿੱਚੋਂ ਸਿੱਖ ਕਿੰਨੇ ਬਣੇ, ਕੇਸ ਕਿੰਨਿਆਂ ਨੇ ਰੱਖੇ, ਜਾਂ ਇਹਦੇ ਵਿੱਚੋਂ ਕਿੰਨਿਆਂ ਨੇ ਕਿਹਾ ਅੱਜ ਤੋਂ ਬਾਅਦ ਨਸ਼ੇ ਨਹੀਂ ਕਰਾਂਗੇ। ਆਊਟਪੁੱਟ ਕੀ ਨਿਕਲੀ, ਅਸੀਂ ਆਊਟਪੁੱਟ ਨਹੀਂ ਦੇਖੇ। ਅਸੀਂ ਬਸ ਦੇਖਾ ਦੇਖੀ, ਜੇ ਇੱਕ ਨੇ ਛਬੀਲ ਲਾਈ ਸਾਰੀ ਕੌਮ ਛਬੀਲ, ਇੱਕ ਨੇ ਝੰਡੀਆਂ ਲਾਈਆਂ ਸਾਰੀਆਂ ਕੌਮ ਝੰਡੀਆਂ, ਇੱਕ ਨੇ ਛੋਲੇ ਵਰਤਾਏ ਸਾਰੀ ਕੌਮ ਛੋਲੇ, ਇੱਕ ਨੇ ਮਾਰਚ ਕੱਢਿਆ ਸਾਰੇ ਸਕੂਟਰ ਕਾਰਾਂ ਲੈ ਕੇ ਬਾਹਰ ਆ ਗਏ। ਪੈਟਰੋਲ ਫੂਕਣ ਨਾਲ ਜੇ ਗਿਆਨ ਮਿਲ ਜਾਂਦਾ, ਗੁਰਦੁਆਰੇ ਜਾਣ ਦੀ ਲੋੜ ਨਹੀਂ, ਬੱਚਿਆਂ ਨੂੰ ਸਕੂਲ ਕਾਲਜ ਭੇਜਣ ਦੀ ਬਜਾਏ ਫਿਰ ਸਕੂਟਰ ਦੇ ਕੇ ਭੇਜ ਦੋ, ਵੀ ਤੂੰ ਗੇੜਾ ਕੱਢਿਆ, ਗਿਆਨ ਬਣ ਜਾਏਗਾ। ਜੋ ਕੰਮ ਕਰਨਾ ਸੀ ਚੇਤਨਾ ਵਧਾਉਣ ਵਾਸਤੇ, ਉਹ ਕੀਤਾ ਨੀ ਚੇਤਨਾ। ਹੁਣ ਆਤਮਿਕ ਪੱਖ ਤਾਂ ਮਜ਼ਬੂਤ ਹੋਏਗਾ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜੇਗਾ। ਸਾਡਾ ਆਤਮਿਕ ਖਜ਼ਾਨਾ ਖੁਰਾਕ ਦਾ ਗੁਰਬਾਣੀ ਹੈ। ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਸਾਡਾ ਭੋਜਨ ਹੈ, ਆਤਮਿਕ ਖੁਰਾਕ ਹੈ ਸਾਡੀ ਗੁਰਬਾਣੀ। ਹਰ ਨਾਮ ਹਮਾਰਾ ਭੋਜਨ, 36 ਪ੍ਰਕਾਰ ਜਿਤ ਖਾਇਆ ਹਮ ਕੁਤ। ਆਤਮਿਕ ਪੱਖ ਦਾ ਇੱਕੋ ਹੀ ਸ਼ਬਦ ਬੱਚੇ ਦੀ ਘਾੜਤ ਦੇ 8 ਪੱਖ ਕਰ ਸਕਦਾ ਹੈ। ਬੱਚਾ ਕਰਮ ਕਿਹੋ ਜਿਹੇ ਕਰੇ, ਉਹ ਕਰੇ ਜਿਹਦੇ ਨਾਲ ਮਾਪਿਓ ਦੀ ਇੱਜ਼ਤ ਬਣ ਜਾਏ। ਜਿਸ ਸਿਮਰਤ ਸਭ ਕਿਲ ਵਿਖ ਨਾਸ਼ਿਆ ਪਿਤਰੀ ਹੋਏ ਉਧਾਰੋ। ਅਸੀਂ ਮਰੇ ਪਿੱਤਰਾਂ ਦੀ ਗੱਲ ਨਹੀਂ ਕਰਦੇ, ਜਿਉਂਦਿਆਂ ਦੀ ਗੱਲ ਕਰਦੇ ਹਾਂ। ਸਿੱਖੀ ਜਿਉਂਦੇ ਪਿੱਤਰ ਨੇ, ਜਿਉਂਦੇ ਪਿੱਤਰ ਦਾ ਉਧਾਰ ਹੋ ਜਾਏ, ਮਾਂ ਦੀ ਕੁੱਖ ਸਫਲੀ ਹੋ ਜਾਏ। ਉਹ ਕਰਮ ਬੱਚਾ ਕਰੇ, ਜਿਸ ਸਿਮਰਤ ਸਭ ਕਿਲ ਵਿਖ ਨਾਸ਼ਿਆ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦੀ ਜਾਪੋ, ਤਾਕਾ ਅੰਤ ਨਾ ਪਾਓ। ਬੱਚੇ ਨੂੰ ਅਸੀਸ ਕਿਹੜੀ ਦਈਏ, ਤੈਨੂੰ ਧਨ ਦੌਲਤ ਮਿਲੇ, ਕੁਰਸੀ ਮਿਲੇ, ਨਹੀਂ। ਜਿੰਨੇ ਰੱਬ ਨੇ ਸਾਥ ਦਿੱਤੇ ਨੇ, ਤੂੰ ਰੱਬ ਨੂੰ ਭੁੱਲੇ ਨਾ। ਆਹ ਅਸੀਸ ਹੈ ਅਧਿਆਤਮਿਕ ਜੀਵਨ ਵਿੱਚ। ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮ ਕੋ ਹਰ, ਸਦਾ ਭਜੋ ਜਗਦੀਸ਼। ਮਿੱਤਰਤਾ ਕਿਹਦੇ ਨਾਲ ਹੋਵੇ, ਤੇਰੀ ਮਿੱਤਰਤਾ ਰੱਬੀ ਗੁਰਮੁਖ ਪਿਆਰਿਆਂ ਨਾਲ ਹੋਵੇ, ਜਿੱਥੋਂ ਗੁਣ ਮਿਲੇ। ਪਿਆਰ ਤੇਰਾ ਕਿਹਦੇ ਨਾਲ ਹੋਵੇ, ਚਿੱਟੀ ਚਮੜੀ ਨਾਲ ਨਹੀਂ। ਤੂੰ ਕਿਆ ਕਰ, ਆਈ ਲਵ ਗੁਰੂ ਗ੍ਰੰਥ ਸਾਹਿਬ, ਆਪਣੇ ਗੁਰੂ ਨਾਲ ਪਿਆਰ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਕੱਪੜੇ ਕਿੱਦਾਂ ਦੇ ਹੋਣ, ਉਹ ਪਾਈ ਜਿਹਦੇ ਨਾਲ ਇੱਜ਼ਤ ਟੱਕੀ ਰਹੇ। ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕਿੱਦਾਂ ਦਾ ਹੋਵੇ, ਤੇਰੀ ਆਤਮਾ ਰੱਜੀ ਹੋਵੇ, ਭੁੱਖਾ ਨਾ ਰਹੇ, ਤ੍ਰਿਸ਼ਨਾ ਨੂੰ ਨਾ ਹੋਵੇ। ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਫਿਰ ਮੈਂ ਪੀਣਾ ਹੋਵੇ ਤੇ ਕੀ ਪੀਵਾਂ, ਕਹਿੰਦੇ ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ। ਮੇਰਾ ਮਨੋਰੰਜਨ ਕੀ ਹੋਵੇ, ਰੱਬ ਦੀ ਖੋਜ, ਮੇਰੀ ਗੇਮ ਜਿਹਦੇ ਵਿੱਚ ਮੈਂ ਹੁਣ ਬੁੱਝਣਾ, ਰੰਗ ਤਮਾਸ਼ਾ ਪੂਰਨ ਆਸਾ ਕਦੇ ਨਾ ਪੈ ਪਿਛਦਾ। ਫਿਰ ਇਹਦੇ ਲਈ ਅਸੀਸ ਮਿਲੇਗੀ ਕਿ ਤੇਰਾ ਮਨ ਭਵਰਾ ਹੋ ਜਾਏ, ਗੁਰੂ ਦੇ ਚਰਨਾਂ ਨਾਲ ਜੁੜ ਜਾਏ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋਵੋ ਕੋਲਾ, ਨਾਨਕ ਦਾਸ ਉਹਨ ਸੰਗ ਲਪਟਾਇਓ, ਜੋ ਬੁੰਦੇ ਚਾਤਰੀ ਮੋ। ਇੱਕੋ ਸ਼ਬਦ 8 ਪੱਖ ਬੱਚੇ ਦੇ ਪੇਸ਼ ਕਰ ਦਿੰਦਾ ਹੈ। ਇੱਕ ਸ਼ਬਦ ਹੀ ਲਾਗੂ ਹੋ ਜਾਏ ਸਿੱਖ ਦੀ ਆਤਮਿਕ ਜੀਵਨ ਦੇ ਵਿੱਚ, ਤੇ ਪਹਿਲੇ 7 ਪੱਖ ਵੀ ਵਿੱਚ ਸ਼ਾਮਿਲ ਹੋ ਜਾਂਦੇ। ਕਿਆ ਬਾਤ ਹੈ, ਮੈਂ ਸਵਾਲ ਕੀਤਾ ਸੀ ਕਿ ਵੀ ਉਹ ਜ਼ਰੂਰੀ ਆ, ਪਰ ਜੋ ਆਪ ਜੀ ਨੇ ਇਹਦਾ ਨਿਚੋੜ ਕੱਢਿਆ, ਵਾਕਿਆ ਹੀ ਇਹ ਪਿਛਲੇ 7 ਪੱਖ ਜਿਹੜੇ ਆ ਕਵਰ ਕਰ ਲੈਂਦਾ ਜੇ ਇਹਨਾਂ ਗੁਣਾਂ ਦੇ ਮੁਤਾਬਕ ਹੋ ਜਾਏ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਨੇ ਬੱਚਿਆਂ ਦਾ, ਸਾਡੇ ਬੱਚੇ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਪੂਰੇ ਦਾ ਪੂਰਾ ਜਿਹੜਾ 8 ਭਾਗਾਂ ਦੇ 8 ਹਿੱਸਿਆਂ ਦੇ ਵਿੱਚ ਆਪ ਜੀ ਨੇ ਸਾਂਝਾ ਕੀਤਾ। ਕੀ ਸੰਗਤਾਂ ਨੂੰ ਸੁਨੇਹਾ ਦੇਣਾ ਚਾਹੋਗੇ? ਸੰਗਤਾਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਬਹੁਤ ਵੱਡਾ ਉੱਦਮ ਹੈਗਾ ਗੁਰਬਾਣੀ, ਇਤਿਹਾਸ, ਸਿੱਖ ਧਰਮ ਦੀ ਫਿਲੋਸਫੀ ਘਰ ਘਰ ਪਹੁੰਚਾਉਣ ਦਾ ਸਫਲ ਯਤਨ ਕਰ ਰਹੇ ਨੇ। ਜਿਹੜਾ ਸੁਪਨਾ ਸੀ ਭਾਈ ਗੁਰਦਾਸ ਜੀ ਦਾ, ਘਰ ਘਰ ਅੰਦਰ ਧਰਮ ਸਾਨ ਵਿੱਚ ਸਾਕਾਰ ਹੋ ਸਕਦੀ ਹੈ, ਪਰ ਹੋ ਵੀ ਰਹੀ ਹੈ। ਤੇ ਨਾਲ ਨਾਲ ਮੈਂ ਕਹਾਂਗਾ ਕਿ ਇਹ ਧਾਰਮਿਕ ਪ੍ਰੋਗਰਾਮ ਜਾਰੀ ਰਹਿਣੇ ਚਾਹੀਦੇ ਨੇ, ਤੇ ਉਹ ਤਾਂ ਰਹਿਣਗੇ ਜੇ ਸੰਗਤਾਂ ਘਰ ਘਰ ਪਹੁੰਚ ਕੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਘਰ ਘਰ ਪਹੁੰਚਾ ਸਕੇ। ਬਹੁਤ ਬਹੁਤ ਧੰਨਵਾਦ ਸੰਗਤਾਂ ਨੂੰ ਵੀ, ਦੇਖ ਰਹੇ ਦਰਸ਼ਕਾਂ ਨੂੰ ਵੀ ਬੇਨਤੀ ਆ ਕਿ ਜੇ ਆਪ ਜੀ ਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇ, ਭਾਈ ਸਾਹਿਬ ਜੀ ਹੋਈਆਂ ਭੁੱਲਾਂ ਦੀ ਮਾਫ਼ੀ, ਭੁੱਲ ਚੁੱਕ ਦੀ ਮਾਫ਼ੀ ਜੇ ਕਿਸੇ ਕੋਲੋਂ ਸਾਡੇ। ਤੁਹਾਡਾ ਧੰਨਵਾਦ ਸਦਾਪਤ ਸਿੰਘ ਜੀ, ਜਿਹੜੇ ਸਾਰੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪ ਉਚੇਚੇ ਤੌਰ ਤੇ ਆਪਣਾ ਟਾਈਮ ਕੱਢ ਰਹੇ ਹੋ। ਸਤਿਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ ਦੇਣ ਜੀ। ਸੋ ਹੋਈਆਂ ਭੁੱਲਾਂ ਦੀ ਮਾਫ਼ੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ 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 ਵਾਹਿਗੁਰੂ